ਕਾਰਜੋ ਲੇਸ ਭਾਰਦਵਾਜ ਜੀ, ਚੇਅਰਮੈਨ ਮਾਰਕੀ ਮਾਧੋਪੁਰ ਜੀ, ਜੋਗਾ ਰਾਮ ਭੁਲਾਰਾਈ ਜੀ, ਉਹਨਾਂ ਨੇ ਵਿਚਾਰ ਸਾਂਝੇ ਕਰਨੇ ਆ। ਉਹਨਾਂ ਤੋਂ ਪਹਿਲਾਂ ਮੈਂ ਨਾਰੇ ਲਾਵਾਂਗਾ, ਸਰਦਾਰ ਬਲਵਿੰਦਰ ਸਿੰਘ ਜੀ ਤਾਲੀਵਾਲ, ਸਰਦਾਰ ਬਲਵਿੰਦਰ ਸਿੰਘ ਮਿਹਰਬਾਨ। ਸੋ ਮੈਂ ਸਾਰੇ ਹੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ, ਬਾਕੀ ਜਿਹੜੇ ਹੋਰ ਵਿੰਗ ਸਾਰੇ ਆਏ ਨੇ, ਉਹਨਾਂ ਦੇ ਜਿੰਨੇ ਵੀ ਸਾਡੇ ਪਤਵੰਤ ਸੱਜਣ ਵਰਕਰਸ ਹੈਗੇ ਨੇ, ਸਭ ਤੋਂ ਪਹਿਲਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਸ਼ੋਰਟ ਨੋਟਿਸ 'ਤੇ, ਕਿਉਂਕਿ ਕੱਲ੍ਹ ਸ਼ਾਮ ਨੂੰ ਤੁਹਾਨੂੰ ਮੈਸੇਜ ਲਾਏ ਗਏ, ਤੁਸੀਂ ਵੱਡੀ ਗਿਣਤੀ ਵਿੱਚ ਆਏ ਹੋ, ਕਿਉਂਕਿ ਸਾਰੇ ਜਾਣਦੇ ਹੈਗੇ ਕਿ ਅੱਜ ਦੇ ਜੋ ਧਰਨੇ ਹੈਗੇ ਨੇ, ਇਹ ਸਾਰੇ ਪੰਜਾਬ ਵਿੱਚ ਹੀ ਜਿਹੜੇ ਹੈਗਾ DSP ਦਫ਼ਤਰ ਦੇ ਸਾਹਮਣੇ ਜਿਹੜੇ ਹੈਗੇ ਧਰਨੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ, ਕਿਉਂਕਿ ਅੱਜ ਹਰ ਇੱਕ ਜਿਹੜਾ ਪੰਜਾਬ ਵਾਸੀ ਹੈ, ਬੇਸ਼ੱਕ ਦੀ ਉਹ ਬੱਚਾ, ਬੇਸ਼ੱਕ ਦੇ ਬਜ਼ੁਰਗ ਹੈ, ਬੇਸ਼ੱਕ ਦੀ ਉਹ ਲੇਡੀਜ਼ ਹੈਗੇ, ਸਾਰਿਆਂ ਦੇ ਜਵਾਨ 'ਤੇ ਇੱਕੋ ਹੀ ਗੱਲ ਹੈਗੀ ਹੈ ਕਿ ਜਦ ਦੀ ਇਹ ਸਰਕਾਰ ਆਈ ਹੈ, ਇਹ ਹਰ ਪੱਖੋਂ ਫੇਲ ਹੋ ਗਈ ਹੈ। ਬੇਸ਼ੱਕ ਦੀ ਉਹ ਲੋਟ ਆਰਡਰ ਹੈ, ਬੇਸ਼ੱਕ ਦੀ ਉਹ ਮਹਿੰਗਾਈ ਹੈ, ਬੇਸ਼ੱਕ ਦੀ ਉਹ ਡਿਵੈਲਪਮੈਂਟ ਹੈ, ਕੋਈ ਵੀ ਜਿਹੜਾ ਬੇਸ਼ੱਕ ਦੀ ਕੋਈ ਖੇਤਰ ਲੈ ਲਈਏ, ਕੈਟਾਗਰੀ ਲੈ ਲਈਏ, ਤਾਂ ਹਰ ਪਿੱਛੇ ਹਰ ਸਾਈਡ 'ਤੇ ਜਿਹੜੀ ਪਿੱਛੇ ਜਾ ਰਹੀ ਹੈਗੀ, ਕਿਉਂਕਿ ਰੀਜ਼ਨ ਇਹਦਾ ਹੈਗਾ ਕਿ ਸਰਕਾਰ ਦੇ ਵਿੱਚ ਲੋਕਾਂ ਦਾ ਭਲਾ ਕਰਨ ਦੀ ਤਮੰਨਾ ਹੀ ਨਹੀਂ ਹੈ, ਉਹਨਾਂ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈਗੀ, ਉਹ ਚਾਹੁੰਦੇ ਨੇ। ਜਿਵੇਂ ਕਈ ਵਾਰੀ ਮੈਂ ਜਦੋਂ ਨੌਕਰੀ ਕਰਦਾ ਸੀ ਤਾਂ ਕਾਫੀ ਦਰਿਆਵਾਂ ਦੇ ਵਿੱਚ ਜਿਹੜੇ ਨੌਕਰੀ ਕਰਨ ਦਾ ਮੌਕਾ ਮਿਲਿਆ, ਜਦੋਂ ਫਲੱਡਸ ਵਗੈਰਾ ਆ ਜਾਂਦੇ ਸੀ ਤਾਂ ਕਈ ਵਾਰੀ ਪਾਣੀ 'ਚ ਜਾਣਾ, ਤਾਂ ਕਈ ਵਾਰੀ ਇਸ ਤਰ੍ਹਾਂ ਦੀ ਪੁਜੀਸ਼ਨ ਆ ਜਾਂਦੀ ਵੀ ਕਿਸ਼ਤੀ ਨੂੰ ਖਾਲੀ ਛੱਡ ਦਈਦਾ ਵੀ ਹੁਣ ਇਹਨੂੰ ਪਾਣੀ ਦੇ ਸਹਾਰੇ ਚੱਲਣ ਦਿਓ। ਤਾਂ ਇਸ ਕਰਕੇ ਇਸੇ ਤਰ੍ਹਾਂ ਜਿਹੜੀ ਪੰਜਾਬ ਸਰਕਾਰ ਹੈ, ਜਿਹੜੀ ਆਪ ਸਰਕਾਰ ਹੈ, ਇਹਨੇ ਜਿਹੜਾ ਇਹ ਤੁਹਿਆ ਕਰ ਲਿਆ ਹੈਗਾ ਕਿ ਹੁਣ ਇਹ ਕਿਸ਼ਤੀ ਜਿਹੜੀ ਡਵਾਂਡੋਲ ਹੈ ਇਹਨੂੰ ਛੱਡ ਦਿਓ, ਇਹ ਆਪਣੇ ਆਪ ਕਿਸੇ ਨਾ ਕਿਸੇ ਕੰਢੇ 'ਤੇ ਲੱਗੇਗੀ। ਔਰ ਇਹਦਾ ਕੰਢਾ ਕਿੱਥੇ ਜਾ ਕੇ ਲੱਗਣਾ ਹੈਗਾ? ਕੰਢਾ ਇਹਦਾ ਲੱਗਣਾ ਹੈਗਾ ਜਦੋਂ 27 'ਚ ਇਲੈਕਸ਼ਨ ਹੋਣੀ ਹੈ, ਤਾਂ ਕਾਂਗਰਸ ਨਾਲ ਜਾ ਕੇ ਲੱਗਣਾ, ਕਾਂਗਰਸ ਕਿਉਂਕਿ ਪਾਰਟੀ ਤਿਆਰ ਖੜੀ ਹੈ। ਅੱਜ ਜਿਹੜੇ ਰੋਸ ਮੁਜ਼ਾਹਰੇ ਹੈਗੇ ਨੇ, ਅੱਜ ਦੇ ਜਿਹੜੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਹੈਗੀਆਂ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਸਤੇ ਨਾ ਤਾਂ ਇੱਥੇ DSP ਹੈਗੀ ਹੈ, ਨਾ ਇੱਥੇ ਅਕਾਲੀ ਦਲ ਹੈਗਾ, ਅਤੇ ਨਾ ਹੀ BJP ਹੈਗੀ ਹੈ। ਕਿਉਂਕਿ BJP ਵਾਲਿਆਂ 'ਤੇ ਤਾਂ ਹਜੇ ਲੱਗਦਾ ਮੇਰਾ ਜਿਹੜਾ ਪਿਛਲੇ 10 ਸਾਲ ਦਾ ਬੁਖਾਰ ਚੜਿਆ ਸੀ, ਖਾਸ ਕਰਕੇ ਫੁਆੜੇ 'ਚ, ਉਹ ਹਜੇ ਉਤਰਿਆ ਹੀ ਨਹੀਂ ਗਾ ਸਰਕਾਰ ਦੇ, ਹਜੇ ਨਸ਼ਾ ਹੀ ਹੈ ਕਿ ਸਰਕਾਰ ਸਾਡੀ ਹੋਈ ਹੈ ਜੀ, ਕੋਈ ਨਾ ਚੱਲ ਰਹੀ ਹੈ। ਤੋ ਇਸ ਕਰਕੇ ਅੱਜ ਜਿਹੜਾ ਹੈਗਾ ਅਸੀਂ ਇੱਥੇ ਲਾਮਬੰਦ ਹੋਏ। ਮੈਂ ਇੱਕ ਹੋਰ ਵੀ ਗੱਲ ਸੁਣਾਉਂਦਾ, ਮੈਂ 2001 ਦੇ ਵਿੱਚ SDM ਤਸੂਹਾ ਸੀਗਾ, ਤਾਂ ਉਦੋਂ ਸਾਡੇ ਡੋਗਰਾ ਸਾਹਿਬ ਹੁੰਦੇ ਸੀਗੇ ਜਿਹੜੇ ਹੈਲਥ ਮਿਨਿਸਟਰ ਰਹੇ ਨੇ, ਉਦੋਂ ਬਾਅਦ 2002 'ਚ ਗੌਰਮੈਂਟ ਬਣੀ। ਤੋ ਮੈਂ ਉੱਥੇ 3-4 ਮਹੀਨੇ ਰੈਸਟ ਹਾਊਸ ਹੀ ਰਹਿੰਦਾ ਹੁੰਦਾ ਸੀਗਾ, ਉਹ ਸਰਦੀਆਂ ਜਿਹਾ ਮੌਸਮ ਸੀਗਾ, ਤਾਂ ਉਹਨਾਂ ਨੇ ਵੀ ਮੀਟਿੰਗ ਰੈਸਟ ਹਾਊਸ ਹੀ ਕਰਦੇ, ਕਿਉਂਕਿ ਹੋਰ ਤਾਂ ਜਗ੍ਹਾ ਹੁੰਦੇ, ਬਾਹਰ ਉਹਨੇ ਲੌਂਜ 'ਚ ਇੱਕ ਦਰੀ ਵਿਛਾ ਲੈਣੀ, ਤਾਂ ਦਰੀ ਦੇ ਉੱਪਰ ਉਹ ਮੇਰੇ ਕੋਲ ਵੱਧ ਤੋਂ ਵੱਧ ਲਾਈਏ ਤਾਂ 7-8 ਬੰਦੇ ਬਹਿੰਦੇ ਹੁੰਦੇ ਸੀ, ਦਰੀ ਤਾਂ ਇੰਨੇ ਕੀ ਬਹਿੰਦੇ ਆ। ਮੈਂ ਜਦੋਂ ਆਉਣਾ ਦੁਪਹਿਰ ਨੂੰ ਲੰਚ ਟਾਈਮ 'ਤੇ, ਉਹਨੇ ਬੈਠੇ ਮੀਟਿੰਗ ਕਰਨੀ, ਮੈਂ ਕਿਹਾ ਯਾਰ ਵੀ ਐਡੀ ਵੱਡੀ ਪਾਰਟੀ ਹੈ, ਬੰਦੇ 7-8 ਬਹਿੰਦੇ ਹੈਗੇ ਨੇ ਇਹ, ਇਸ ਕਰਕੇ ਮੈਂ ਸੋਚਣਾ ਵੀ ਯਾਰ ਪੋਜੀਸ਼ਨ ਖਰਾਬ ਲੱਗਦੀ ਹੈਗੀ ਹੈ। ਤਾਂ 2002 ਵਾਲੀ ਇਲੈਕਸ਼ਨ ਆਈ ਤਾਂ ਉਹ ਜਿੱਤੇ, ਕਾਂਗਰਸ ਸਾਡੀ ਉੱਥੇ ਜਿੱਤੀ ਚੰਗੀ ਮਾਰਜਨ 'ਤੇ ਜਿੱਤ ਕੇ, ਅਤੇ ਉਹਨਾਂ ਨੇ ਜਿਹੜੀ ਹੈਗੀ ਹੈ ਇੱਥੇ ਜਿਹੜੀ ਜਿੱਤ ਪ੍ਰਾਪਤ ਕਰਕੇ ਉਹ ਮਿਨਿਸਟਰ ਵੀ ਬਣੇ, ਹੈਲਥ ਮਿਨਿਸਟਰ ਬਣੇ। ਤੋ ਇਸ ਕਰਕੇ ਜੋ ਸਾਨੂੰ ਪਾਰਟੀ ਹੁਕਮ ਦਿੰਦੀ ਆ ਵੀ ਅੱਜ ਤੁਸੀਂ ਇੰਨੇ ਕੁ ਬੰਦਿਆਂ ਦਾ ਧਰਨਾ ਲਾਉਣਾ, ਅਸੀਂ ਉਨੇ ਕੁ ਬੰਦੇ ਕੋਲ ਕਰੀਦੇ, ਵੱਧ ਨਹੀਂ ਕਰੀਦੇ ਹੈਗੇ। ਤੋ ਇਸ ਕਰਕੇ ਤੁਸੀਂ ਪਿਛਲੇ ਧਰਨੇ 'ਚ ਵੀ
ਪਰ ਅੱਜ ਦੇ ਧਰਨੇ ਵਿੱਚ ਵੀ ਤੁਸੀਂ ਜਿਹੜਾ ਹੈਗਾ ਜਿੰਨੀ ਸਾਨੂੰ ਪਾਰਟੀ ਹੁਕਮ ਲਾਉਂਦੀ ਹੈ ਵੀ ਇੰਨੇ ਕੁ ਬੰਦੇ ਤੁਸੀਂ ਕਾਲ ਕਰਨਾ, ਉਹਨੇ ਪਾਰਟੀਆਂ ਤੋਂ ਬੁਲਾ ਕੇ ਦਿੰਦਾ ਤੁਸੀਂ ਜਿਹੜਾ ਹੈਗਾ ਉਹ ਤੁਸੀਂ ਧਰਨਾ ਲਾਉਣਾ ਹੈਗਾ। ਇਸ ਕਰਕੇ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ, ਤੋ ਜੇ ਇੱਕ ਵਾਰ ਮੇਰਾ ਖਿਆਲ ਲੱਗਦਾ ਜੇ ਉਹ 8 ਬੰਦੇ ਉਦੋਂ ਬੈਠ ਕੇ ਮੀਟਿੰਗ ਕਰਕੇ ਜਿੱਤ ਪ੍ਰਾਪਤ ਕਰ ਸਕਦੀ ਆ, ਉਹ ਅਸੀਂ ਤਾਂ ਇੱਥੇ 250 ਬੰਦਾ ਹੈਗਾ ਅਤੇ ਉਸ ਕਰਕੇ 250 ਬੰਦਾ ਤਾਂ ਲੱਗਦਾ ਅਗਲੇ 5-6 ਸਾਲ ਕਿਆ 5-6 ਵਾਰੀ ਇਹਨਾਂ ਨੂੰ ਚੜਦੇ। ਤੋ ਇਸ ਕਰਕੇ ਆਪਾਂ ਨੂੰ ਬੇਸ਼ੱਕ ਦੀ ਅੱਜ ਸਾਰੇ ਪੰਜਾਬ ਵਿੱਚ ਨਹੀਂ ਸਾਰੇ ਦੇਸ਼ ਵਿੱਚ ਵੀ ਔਰ ਸਾਰੇ ਸੰਸਾਰ ਵਿੱਚ ਇੱਕੋ ਗੱਲ ਦਾ ਵਿਚਾਰ ਕੀਤਾ ਜਾ ਰਿਹਾ ਔਰ ਹਰ ਦੇ ਮੂੰਹ 'ਤੇ ਗੱਲ ਹੈਗੀ ਹੈ। 2022 ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਹੈਗੀਆਂ ਉਦੋਂ ਸਾਰੇ ਪੰਜਾਬ ਵਾਸੀ ਬਹੁਤ ਵੱਡੀ ਗਿਣਤੀ ਕਰਕੇ ਸਰਕਾਰ ਉਹ ਬਣਾ ਦਿੱਤੀ ਹੈ ਜਿਹਦਾ ਅੱਗਾ ਹੈਗਾ ਨਾ ਪਿੱਛਾ ਹੈਗਾ, ਕਿਉਂਕਿ ਪਿੱਛਾ ਹੈ ਹੀ ਨਹੀਂ ਸੀਗਾ ਤਾਂ ਅੱਗੇ ਨੂੰ ਖਤਮ ਕਰੀ ਜਾ ਰਹੇ ਨੇ। ਤਾਂ ਕੋਈ ਸਿਆਣਾ ਬੰਦਾ ਹੁੰਦਾ ਜੇ ਕਿਸੇ ਦਾ ਪਿੱਛਾ ਨਹੀਂ ਹੈਗਾ ਤਾਂ ਉਹ ਅੱਗੇ ਨੂੰ ਸਵਾਰ ਲੈਂਦਾ ਵੀ ਇਹ ਸਵਾਰ ਲੈਂਦਾ। ਉਹ ਜਿਵੇਂ ਪਹਿਲਾਂ ਕਿਹਾ ਇਹਨਾਂ ਨੇ ਕਿਸ਼ਤੀ ਛੱਡੀ ਹੋਈ ਆ, ਹੁਣ ਜਿੱਦਾਂ ਮਰਜ਼ੀ ਕੰਢੇ 'ਤੇ ਲੱਗ ਜਾਵੇ ਤਾਂ ਇਹਨਾਂ ਨੇ ਸਵਾਰਨ ਸਵੂਰਨ ਵਾਲਾ ਕੰਮ ਹੈ ਨਹੀਂ। ਪਰ ਅੱਜ ਇੱਕੋ ਇੱਕ ਆਪ ਪਾਰਟੀ ਦਾ ਪਲੱਸ ਨਾਲ ਹੀ ਜਿੰਨੇ ਵੀ ਇਹਨਾਂ ਦੇ ਲੀਡਰਸ ਹੈਗੇ ਨੇ ਜਿੰਨੇ ਵੀ ਗੌਰਮੈਂਟ ਹੈਗੀ ਆ ਇਹਨਾਂ ਦਾ ਇੱਕੋ ਇੱਕ ਮਕਸਦ ਹੈਗਾ ਕਿ ਲੁੱਟਣਾ ਹੈ। ਔਰ ਲੁੱਟੋ ਬੰਦ ਦਾ ਜ਼ੋਰ ਲਾਈਆਂ ਕਿਉਂਕਿ ਪਹਿਲੇ 6 ਮਹੀਨੇ ਇਹਨਾਂ ਨੇ ਬੜਾ ਜ਼ੋਰ ਰੱਖਿਆ, MLA ਨੂੰ ਨੇੜੇ ਨਹੀਂ ਲੱਗਣ ਦਿੱਤਾ, ਪਰ ਇਹਨਾਂ ਦੇਖਿਆ ਵੀ ਗਮ ਖਰਾਬ ਹੋ ਗਿਆ, ਗੌਰਮੈਂਟ ਚਲਾਉਣੀ ਸਾਡੇ ਬਸ ਦੀ ਰੋਗ ਨਹੀਂ। ਇਹਨਾਂ ਨੇ ਜਿਹੜਾ 1.5 ਸਾਲ ਪਹਿਲਾਂ ਇਹਨਾਂ ਨੇ ਸਭ ਦੀਆਂ ਜਿਹੜੀਆਂ ਲਗਾਵਾਂ ਖੋਲ੍ਹਤੀਆਂ ਵੀ ਹੁਣ ਲੁੱਟ ਲਓ ਜੋ ਲੁੱਟਣਾ ਹੈਗਾ, ਇਸ ਤੋਂ ਬਾਅਦ ਤਾਂ ਮੌਕਾ ਲੱਗਣਾ ਹੈ ਕਿ ਤੂੰ। ਇਸ ਕਰਕੇ ਅੱਜ ਹਰ ਇਹ ਨਹੀਂ ਅਸੀਂ ਪਾਰਟੀ ਦੇ ਓਪੋਜੀਸ਼ਨ ਅਸੀਂ ਗੱਲ ਕਰ ਰਹੇ ਹਾਂ, ਇਹ ਤੁਸੀਂ ਕਿਸੇ ਮੁਹੱਲੇ 'ਚ ਜਾ ਕੇ ਗੱਲ ਕਰ ਲਓ, ਕਿਤੇ ਕੋਈ ਸੱਥ ਦੇ ਵਿੱਚ ਬੈਠਾ ਕੋਈ ਤਾਸ਼ ਖੇਡਦਾ ਉੱਥੇ ਜਾ ਕੇ ਗੱਲ ਕਰ ਲਓ, ਕੋਈ ਰਿਕਸ਼ੇ ਵਾਲਿਆਂ ਨਾਲ ਗੱਲ ਕਰ ਲਓ, ਕੋਈ ਤਹਿਸੀਲ ਦੇ ਵਿੱਚ ਕਰ ਲਓ, ਕੋਈ ਜਿਹੜਾ ਮਰਜ਼ੀ ਦਫ਼ਤਰ ਚਲੇ ਜਾਓ, ਉਹ ਇੱਕੋ ਇੱਕ ਗੱਲ ਹੁੰਦੀ ਹੈ ਜੀ ਇਹ ਤਾਂ ਸਰਕਾਰ ਨੇ ਜੀ ਬਸ ਲੁੰਬੇ ਹੀ ਲਾ ਦਿੱਤੇ ਨੇ, ਹੁਣ ਤੁਸੀਂ ਇਹਨਾਂ ਦਾ ਭਲਾ ਹੀ ਹੈ, ਪਰਮਾਤਮਾ ਹੀ ਬਚਾਊਗਾ ਇਹਨਾਂ ਨੂੰ। ਤੋ ਇਸ ਕਰਕੇ ਨਾਲ ਇਹਦਾ ਵੀ ਹੈਗਾ ਕਿਉਂਕਿ ਜਿਹੋ ਜਿਹੇ ਆਪਾਂ ਕੰਮ ਕਰਦੇ ਹਾਂ ਉਹੋ ਜਿਹਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ ਹੈਗਾ। ਤੋ ਇਸ ਕਰਕੇ ਅੱਜ ਜਿਹੜਾ ਧਰਨਾ ਹੈਗਾ ਇਹ ਜਿਹੜਾ ਹੈਗਾ ਲੋਅ ਐਂਡ ਆਰਡਰ 'ਤੇ ਲੱਗਿਆ ਹੈਗਾ। ਇਸ ਤੋਂ ਪਹਿਲਾਂ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਸੀਗੀਆਂ ਤਾਂ ਅਸੀਂ ਜਿਹੜਾ ਹੈਗਾ SM ਦਫ਼ਤਰ ਦੇ ਵਿੱਚ ਧਰਨਾ ਲਾਇਆ ਸੀਗਾ, ਤਾਂ ਥੋੜ੍ਹੇ ਦਿਨਾਂ ਵਿੱਚ ਫਿਰ ਇੱਕ ਜਿਹੜਾ ਡਿਸਟ੍ਰਿਕਟ ਲੈਵਲ 'ਤੇ ਧਰਨਾ ਲੱਗ ਜਾ ਰਿਹਾ ਕਿਉਂਕਿ ਮੇਨ ਮੈਂ ਪਹਿਲਾਂ ਹੀ ਆਖਿਆ ਕਿ ਇੱਕੋ ਹੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਜਿਹੜੇ ਲੋਕਾਂ ਦੇ ਦਰਪੇਸ਼ ਮੁਸ਼ਕਲਾਂ ਨੂੰ ਉਹਨਾਂ ਨੂੰ ਉਜਾਗਰ ਕਰ ਰਹੀ ਹੈ, ਗੌਰਮੈਂਟ ਦੇ ਧਿਆਨ ਵਿੱਚ ਲਿਆ ਰਹੀ ਹੈ, ਬੇਸ਼ੱਕ ਦੀ ਉਹ ਅਸੈਂਬਲੀ ਸੈਸ਼ਨ ਦੇ ਵਿੱਚ ਹੋਵੇ। ਠੀਕ ਹੈ ਸਰ।